ਤਾਂ ਦੱਸ ਦਈਏ ਕਿ ਇੱਕ ਪਰਿਵਾਰ ਜਿਹੜਾ ਕਿ ਰੋਟੀ ਬਾਹਰੋਂ ਖਾ ਕੇ ਲੇਟ ਰਾਤ ਨੂੰ ਘਰ ਆਉਂਦੇ ਨੇ ਤਾਂ ਫਿਰ ਕੁਝ ਸਮੇਂ ਬਾਅਦ ਹੀ ਚੋਰ ਆਉਂਦੇ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਖੜੀ ਗੱਡੀ ਹੁੰਦੀ ਆ ਉਹ ਚੋਰੀ ਕਰਕੇ ਲੈ ਜਾਂਦੇ ਨੇ ਤੇ ਸੀਸੀਟੀਵੀ ਨੂੰ ਵੇਖ ਕੇ ਇਸ ਪਰਿਵਾਰ ਦੇ ਵੀ ਹੋਸ਼ ਉੱਡ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਪੀੜਿਤ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਰੋਟੀ ਖਾਣ ਦੇ ਲਈ ਬਾਹਰ ਗਏ ਸੀ ਜਿੱਥੇ ਕਿ ਉਹ ਦੇਰ ਰਾਤ ਵਾਪਸ ਘਰ ਆਉਂਦੇ ਨੇ ਤੇ ਉਹਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਘਰ ਦੇ ਬਾਹਰ ਪਾਰਕ ਕਰ ਦਿੱਤੀ। ਇਸ ਸੰਬੰਧੀ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠ ਕੇ ਵੇਖਦੇ ਨੇ ਤਾਂ ਉਹਨਾਂ ਦੀ ਗੱਡੀ ਹੈ ਗਾਇਬ ਹੁੰਦੀ ਹੈ ਅਤੇ ਨਿੱਜੀ ਸਕੂਲ ਦੇ ਕੋਲ ਲੱਗੇ ਸੀਸੀਟੀਵੀ ਕੈਮਰੇ ਜਦ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਤਿੰਨ ਚੋਰਾਂ ਦੇ ਵੱਲੋਂ ਉਹਨਾਂ ਦੀ ਕਾਰ ਨੂੰ ਬੜੀ ਹੀ ਸ਼ਾਤਿਰ ਤਰੀਕੇ ਦੇ ਨਾਲ ਚੋਰੀ ਕਰ ਲਿਆ ਜਾਂਦਾ ਜਿਸ ਦੇ ਵਿੱਚ ਇੱਕ ਵਿਅਕਤੀ ਨੇ ਤਾਂ ਗੱਡੀ ਦਾ ਲੌਕ ਹੀ ਤੋੜ ਦਿੱਤਾ ਤੇ ਗੱਡੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਸੰਬੰਧੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਦਿੱਤੀ ਗਈ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ। ਉਹਨਾਂ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਪੁਲਿਸ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਸੁਲਝਾ ਚੁੱਕੀ ਹੈ ਤਾਂ ਇਸ ਮਾਮਲੇ ਦੇ ਵਿੱਚ ਵੀ ਜਲਦ ਹੀ ਚੋਰ ਨੂੰ ਫੜ ਲਿਆ ਜਾਵੇਗਾ। ਰਾਤ ਅਸੀਂ 12:30 ਕਰੀਬ ਆਏ ਹਾਂ ਅਤੇ ਗੱਡੀ ਇੱਥੇ ਬਾਹਰ ਖੜੀ ਕੀਤੀ, ਭਾਈ ਸਾਹਿਬ ਦੀ ਗੱਡੀ ਸੀਗੀ ਜੀ, ਆਦਰਸ਼ ਨਗਰ ਗਲੀ ਨੰਬਰ 6 ਜੋਤੀ ਗਿਟਗਰ ਦੇ ਨਾਲ ਗੱਡੀ ਖੜੀ ਕੀਤੀ। ਸਵੇਰੇ ਅਸੀਂ ਦੇਖਿਆ 4:45 ਸਾਡੇ ਗੱਡੀ ਕੋਣੀ ਸੀਗੀ, ਉਸਨੂੰ ਇਤਲਾਹ ਕਰਤੀ ਜੀ। ਐਸ ਐਸ ਓ ਮੌਕੇ 'ਤੇ ਆ ਗਏ ਸੀਗੇ, ਉਹ ਮੌਕਾ ਚੈੱਕ ਕਰ ਗਏ ਨੇ ਸਾਰਾ ਆ ਗਏ ਜੀ। ਉਮੀਦ ਹੈ ਵੀ ਜ਼ਰੂਰ ਸਾਡੀ ਸੀਸੀਟੀਵੀ ਫੋਟੋ ਵੀ ਉਹਨਾਂ ਦੇ ਦੀਆਂ ਨੇ, ਵੀਡੀਓ ਵਗੈਰਾ ਬਣ ਗਈਆਂ ਸੀਗੀਆਂ, ਨਾਲ ਕੈਮਰੇ ਲੱਗੇ ਹੋਏ ਨੇ। ਠੀਕ ਹੈ ਜੀ, ਬਾਕੀ ਦੇਖਣਾ ਸੋਚਾ ਕਰ ਵੀ ਕਰਦੇ ਨੇ। ਵੀ ਵਿਲ ਸਟਾਰਟ ਇਨਵੈਸਟੀਗੇਸ਼ਨ। ਆਜ ਹੀ ਅਬੋਹਰ 13 ਮੋਟਰਸਾਈਕਲਸ ਰਿਕਵਰ ਹੋਏ ਨੇ ਜੀ ਜੀ, ਔਰ ਇੱਥੇ ਇਸ ਇਲਾਕੇ 'ਚ ਵੀ ਹਲੇ ਤੱਕ ਅਸੀਂ 35 ਤੋਂ 40 ਮੋਟਰਸਾਈਕਲਸ ਰਿਕਵਰ ਕਰ ਚੁੱਕੇ ਨੇ ਤੇ ਬਹੁਤ ਸਾਰੇ ਚੋਰਾਂ ਨੂੰ ਵੀ ਅਸੀਂ ਫੜ ਚੁੱਕੇ ਨੇ ਜਾਂ ਫੜ।